ਇੱਕ ਦਿਨ ਜ਼ੁਲੈਖਾ ਬੀਬੀ ਸੱਤ ਕੋਠੀਆਂ ਸਨ, ਉਹ ਦਰਵਾਜ਼ੇ ਬੰਦ ਕਰਦੀ ਕਰਦੀ ਸੱਤਵੀਂ ਕੋਠੀ 'ਚ ਲੈ ਗਈ। ਕਿਉਂ? ਕਿ ਦਿਲ ਦੇ 'ਚ ਮੈਲ ਸੀ। ਸਰਕਾਰ ਨੇ ਜਾ ਕੇ ਵੇਖਿਆ ਤੇ ਆਪਣੇ ਰੱਬ ਦੀ ਅੱਖੀ 'ਤੇ ਪਰਦਾ ਵੀ ਪਾਇਆ। ਆਖਿਆ ਇਹ ਕੀ ਕਰ ਰਹੀ ਹੈ? ਆਖਿਆ ਮੇਰਾ ਰੱਬ ਨਾ ਵੇਖੇ ਮੈਨੂੰ, ਮੈਂ ਕੁਝ ਕਸਦ ਕਰਨਾ ਤੇਰੇ ਨਾਲ। ਸਰਕਾਰ ਦੇ ਦਿਲ 'ਚ ਆਈ ਉਹ ਹੋ ਤੇ ਮੇਰਾ ਰੱਬ ਹੈ ਜਿਹੜਾ ਬੜੀ ਬਰੀਕ ਨਜ਼ਰ ਨੂੰ ਵੇਖਣ ਵਾਲਾ ਹੈ, ਦਿਲਾਂ ਦੀਆਂ ਜਾਣਨ ਵਾਲਾ ਹੈ, ਹਰ ਦੇ ਵਿੱਚ ਵਸਣ ਵਾਲਾ ਹੈ। ਹੈ ਤੇ ਆਪ ਹੈਰਾਨ ਹੋ ਗਏ ਨੇ। ਉਸ ਕੋੜੀ ਦੇ 'ਚ ਵੇਖਿਆ ਕੀ? ਇੱਕ ਚਮਕਾਰਾ ਵੱਜਾ, ਯਾਕੂਬ ਅਲੈਹਿ ਸਲਾਮ ਸਾਹਮਣੇ ਆ ਕੇ ਖਲੋ ਗਏ ਨੇ। ਇੱਕ ਮੋਲਦਾ ਹੋਇਆ ਵੇਖਿਆ ਬਾਪ ਨੂੰ ਉਸ ਦਿਨ, ਵੇਂਦਿਆਂ ਨਾਲ ਹੀ ਗੁੰਮ ਹੋ ਗਏ। ਉਸ ਤੋਂ ਬਾਅਦ ਜਬਰੀਲ ਅਮੀਨ ਆਇਆ ਨਾ ਉਸ ਦੇ ਨਾਲ, ਇੱਕ ਔਰਤ ਜਿਹੜੀ ਕਿਸੇ ਅੱਖੀ ਨਾਲ ਵੇਖੀ ਨਹੀਂ ਸੀ, ਸਿਰ ਤੇ ਤਾਜ ਹੀਰੇ ਜਵਾਹਰਾਤ ਨੇ ਲਟਕਾਇਆ। ਤੇ ਯੂਸਫ ਅਲੈਹਿ ਸਲਾਮ ਨੇ ਪੁੱਛਿਆ ਕਿ ਔਰਤ ਕੌਣ ਹੈ? ਜਬਰੀਲ ਅਲੈਹਿ ਸਲਾਮ ਫਰਮਾਉਣ ਲੱਗੇ, ਜੰਨਤ ਦੀਆਂ ਹੋਰਾਂ ਦੀ ਸਰਦਾਰ ਹੈ। ਆਖਿਆ ਇੱਕ ਨੂੰ ਮਿਲੇਗੀ, ਆਖਿਆ ਜਿਹੜਾ ਜ਼ਨਾ ਤੋਂ ਬਚੇਗਾ। ਤਾਂ ਸਰਕਾਰ ਨੇ ਅੱਲਾ ਦੀ ਜ਼ਾਤ ਅੱਗੇ ਉਸ ਵਕਤ ਹੱਥ ਉਠਾ ਕੇ ਦਵਾਂਗੇ, ਯਾ ਅੱਲਾ ਮੇਰੀ ਮਦਦ ਕਰਨ ਵਾਲਾ ਤੂੰ ਹੈ। ਹੈਂ ਅੱਲਾ ਦੀ ਜ਼ਾਤ ਨੇ ਆਖਿਆ ਤੂੰ ਦੌੜ, ਮਦਦ ਕਰਨਾ ਮੇਰਾ ਕੰਮ ਹੈ, ਬਚਾ ਲੈਣਾ ਮੇਰਾ ਕੰਮ ਹੈ, ਜੇ ਮੈਥੋਂ ਮਦਦ ਮੰਗੀ ਮੈਂ ਕਰਾਂਗਾ। ਹਜ਼ਰਤ ਯੂਸਫ ਅਲੈਹਿ ਸਲਾਮ ਫਰੇ ਉਂਗਲ ਕੀਤੇ ਆ, ਦਰਵਾਜ਼ੇ ਖੁੱਲਦੇ ਗਏ ਨੇ, ਉਹ ਤਾਲੇ ਡਿੱਗਦੇ ਗਏ ਨੇ। ਸੱਤਵੀਂ ਦਰਵਾਜ਼ੇ ਦੇ ਵਿੱਚ ਜਾ ਕੇ ਜ਼ੁਲੈਖਾ ਨੇ ਪਿੱਛੋਂ ਪੜਿਆ ਸੀ ਜਦੋਂ ਕੁੜਤਾ ਪਾੜਿਆ। ਹੈਂ ਕੁਰਾਨ ਪਾਕ ਦੇ ਵਿੱਚ ਲਿਖਿਆ ਹੋਇਆ ਕਿ ਅਜੀਜ਼ ਮਿਸਰ ਉੱਤੋਂ ਆ ਗਿਆ, ਉਹਨੇ ਦੋਵਾਂ ਨੂੰ ਵੇਖ, ਉਹਨੇ ਆਖਿਆ ਇਹ ਕੀ ਗੱਲ ਹੈ? ਜ਼ੁਲੈਖਾ ਨੇ ਆਖਿਆ ਮੇਰੀ ਇੱਜ਼ਤ ਨੂੰ ਹੱਥ ਪਾਇਆ ਸੀ। ਉਹਨੇ ਪੁੱਛਿਆ, ਉਹਨੇ ਆਖਿਆ ਝੂਠ ਮਾਰਦੀ। ਆਖਿਆ ਕੌਣ ਗਵਾਹੀ ਦੇਵੇਗਾ? ਆਖਿਆ ਬੱਚਾ ਗਵਾਹੀ ਦੇਵੇਗਾ, ਛੋਟਾ ਜਿਹਾ ਬੱਚਾ ਸੀ। ਆਖਿਆ ਤਾਂ ਤਿਫਲੇ। ਆਖਿਆ ਤੂੰ ਫੜ। ਬਾਦਸ਼ਾਹ ਨੇ ਫੜਿਆ, ਹਜ਼ਰਤ ਯੂਸਫ ਅਲੈਹਿ ਸਲਾਮ ਨੇ ਸਿਰ ਤੇ ਹੱਥ ਰੱਖਿਆ। ਅਚਣ ਚੇ ਤੂੰ ਪੁਕਾਰਿਆ ਲਟਕੇ ਤੇ ਨਹੀਂ ਮੈਂ ਚੁਗਲੀ ਕਰਦਾ, ਮੁਸ਼ਰਕ ਚੁਗਲ ਨਾ ਬਖਸ਼ੇ ਵਜਾਵਣ, ਮੈਂ ਚੁਗਲੀ ਤੋਂ ਡਰਦਾ। ਤੁਸੀਂ ਵੇਖੋ ਜੇ ਯੂਸਫ ਦਾ ਕੁੜਤਾ ਅੱਗੋਂ ਪਾਟਾ ਤੇ ਫਿਰ ਇਹ ਝੂਠਾ ਹੋਵੇ, ਜੇ ਪਿੱਛੋਂ ਪਾਟਾ ਤੇ ਫਿਰ ਸੱਚਾ। ਬਾਦਸ਼ਾਹ ਨੇ ਵੇਖਿਆ ਕੁੜਤਾ ਪਿੱਛੋਂ ਪਾਟਾ ਸੀ। ਉਹਨੇ ਆਖਿਆ ਇਹ ਹੈ ਤੇਰਾ ਮਕਰ ਜ਼ੁਲੈਖਾ, ਮਕਰ ਤੁਸਾਂ ਦੇ ਪਾਰੇ। ਤੁਹਾਡੇ ਔਰਤਾਂ ਦੇ ਬੜੇ ਵੱਡੇ ਵੱਡੇ ਮਕਰ ਹੁੰਦੇ ਨੀ, ਤੂੰ ਜਾਣ ਤੇ ਇਹ ਜਾਣੇ, ਪਰ ਤੂੰ ਝੂਠੀ ਇਸ ਗੱਲ 'ਚ। ਬਾਦਸ਼ਾਹ ਟੁਰ ਗਿਆ। ਉਹਨੇ ਆਖਿਆ ਵੇ ਮੈਂ ਮੁਲਕ ਛੱਡਿਆ, ਮੈਂ ਬਾਦਸ਼ਾਹੀਆਂ ਛੱਡੀਆਂ ਤੇਰੇ ਪਿੱਛੇ, ਤੈਨੂੰ ਮੁੱਲ ਖਰੀਦ ਕੇ ਲਿਆਂਦਾ ਵੇ, ਤੇਰੀ ਪਰਵਰਿਸ਼ ਕੀਤੀ, ਤੇਰਾ ਜੋ ਦੁਨੀਆ ਦਾ ਲਾਲ ਡਾ, ਤੂੰ ਮੇਰੀ ਇੱਕ ਗੱਲ ਨਾ ਮੰਨੀ। ਸਰਕਾਰ ਆਖਿਆ ਇਹ ਗੱਲ ਮੰਨੀ ਨਹੀਂ ਜਾ ਸਕਦੀ। ਹੈ ਉਹਨੇ ਆਖਿਆ ਮੈਂ ਕੈਦ ਵੀ ਕਰਾ ਦੇਗਾ। ਉਹਨੇ ਆਖਿਆ ਇਸ ਗੱਲ ਦੀ ਪਰਵਾਹ ਨਹੀਂ, ਤੂੰ ਕੈਦ ਵੀ ਕਰਾ ਦੇ। ਹੈ ਉਹਨੇ ਫਿਰ ਕੈਦ ਕਰਾਇਆ ਸੀ, 12 ਸਾਲ ਜ਼ੁਲੈਖਾ ਨੇ ਆਪਣੇ ਹੁਕਮ ਨਾਲ ਕਰਾਇਆ ਸੀ, ਬਾਦਸ਼ਾਹ ਨੇ ਨਹੀਂ ਸੀ ਆਖਿਆ। ਤੇ ਫਿਰ ਜਿਸਲੇ ਕੈਦ ਕਰਾਤਾ, ਲਿਖਿਆ ਕਿ 12 ਸਾਲ 12 ਮੀਲ ਜ਼ਿੰਦਾਨ ਸੀ ਬਾਹਰ ਮਿਸਰੋਂ, ਉਹ ਜੇਲ੍ਹ ਸੀ ਜਿਹੜੀ। ਹੈ ਕੋਈ ਅੱਲਾ ਦਾ ਬੰਦਾ ਵੇਖ ਕੇ ਆਉਂਦਾ, ਅਜੇ ਤੱਕ ਉਹ ਜੇਲ੍ਹ ਉਸੇ ਤਰ੍ਹਾਂ ਹੈਗੀ ਜਿੱਥੇ ਯੂਸਫ ਅਲੈਹਿ ਸਲਾਮ ਰਹੇ ਨੇ। ਹੈ ਜੀ, ਕਿਉਂਕਿ ਅੱਲਾ ਦਾ ਨਵੀਆਂ ਨਹੀਂ ਚੀਜ਼ਾਂ ਨੇ, ਉਹ ਕਿਆਮਤ ਤੱਕ ਅਜ਼ਾਇਆ ਨਹੀਂ ਹੋ ਸਕਦੀਆਂ। ਹੈ ਜੀ, ਉੱਥੇ ਫਿਰ ਇੱਕ ਨੌਕਰਾਣੀ ਨੂੰ ਘੱਲਦੀ ਸੀ, ਜਾ ਨਹੀਂ ਵੇਖ ਕੇ ਆ, ਮੈਨੂੰ ਯਾਦ ਕਰਦਾ ਕਿ ਨਹੀਂ ਕਰਦਾ? ਜਦੋਂ ਨੌਕਰਾਣੀ ਆਉਂਦੀ ਸੀ, ਉਹਦੇ ਨੌਕਰਾਣੀ ਦੇ ਪੈਰ ਚੁੰਮਦੀ ਸੀ ਆਉਂਦੀ, ਫਿਰ ਤੂੰ ਇਹਨਾਂ ਪੈਰਾਂ ਨਾਲ ਟੁਰ ਕੇ ਗਈ ਸੀ, ਗੱਲ ਹੋਈ ਨਾ। ਹੈ ਫਿਰ ਆਖਣ ਲੱਗੀ ਨਹੀਂ ਨਹੀਂ ਤੂੰ ਨਾ ਜਾ ਕਰ, ਮੈਂ ਆਪ ਜਾ ਕਰਾਂਗੀ। ਉਹ ਫਿਰ ਆਪ ਜਾਂਦੀ ਸੀ, ਜਿਸਲੇ ਜਾਂਦੀ ਜਿਸਲੇ ਬਾਰੀ ਦੇ ਨਾਲ ਜਾ ਕੇ ਰਾਤ ਵੇਂਦੀ ਸੀ, ਲੱਗ ਕੇ ਸਰਕਾਰ ਜਾਂ ਰਕੂ ਚੁੰਦੇ ਸਨ ਜਾਂ ਸਜੂ ਚੁੰਦੇ ਸਨ, ਫਿਰ ਵਾਪਸ ਮੁੜ ਕੇ ਆਉਂਦੀ। ਇੱਕ ਦੋ ਦਿਨ ਨਹੀਂ ਸੀ ਗਈ, 7 ਸਾਲ ਜਾਂਦੀ ਨਹੀਂ ਸੀ। ਹੈ ਅੱਗੇ ਫਿਰ ਲਿਖਦਾ ਕਿ ਇੱਕ ਦਿਨ ਯੂਸਫ ਬੰਦੀ ਖਾਨੇ ਗਮਾਂ ਸਤਾਇਆ ਹੋਇਆ, ਬਾਹਰ ਨਜ਼ਰ ਚ ਰੋਕੇ ਬੈਠਾ, ਬੁਰਖਾ ਪਾਇਆ ਹੋਇਆ, ਕਰਵਾਨਾ ਲੜ ਰਾਤ ਵੱਲ ਸ਼ਾਮ ਦੀਆਂ ਰੋਆਇਆ, ਵਤਨੀ ਲੋਕ ਨਜ਼ਰ ਵਿੱਚ ਆਏ, ਯੂਸਫ ਦਿਲ ਉਛਲਾਇਆ, ਦੇਖ ਵਤਨ ਦਿਆ ਪਰਦੇ, ਤੜਫ ਤੜਫ ਦਿਲ ਕੈਲ ਹੋਇਆ, ਵਿੱਚ ਫਰਾਕ ਪਿਦਰਦੇ, ਨਾਮ ਸਪੁਰਦ ਵਿੱਚ ਉਹਨਾਂ ਦੇ, ਇੱਕ ਬੰਦਾ ਕਨਿਆ ਨੂੰ ਉਸਦੇ ਪਾਸ ਆਈ, ਕਿੱਡਾ ਚੀ ਤੇਜ਼ ਕਦਮ ਪੁਰਸ਼ਾਂ ਨੂੰ, ਤੇ ਜਾਂ ਡਾਚੀ ਨੇ ਯੂਸਫ ਡਿਠਾ, ਦੌੜ ਜਿੰਦਾ ਵੱਲ ਆਈ, ਯੂਸਫ ਅੱਗੇ ਹਾਜ਼ਰ ਹੋ ਕੇ ਗਰਦਣਿਆ ਨਨਵਾਈ। ਇੰਨੀ ਅੱਲਾ ਦੇ ਬੰਦੇ 'ਚ ਤਾਕਤ ਹੁੰਦੀ, ਡਾਚੀ ਬੇਜ਼ਬਾਨ ਨੇ ਯੂਸਫ ਅਲੈਹਿ ਸਲਾਮ ਕਾਫੀ ਦੂਰ ਸੀ ਜਿੱਥੋਂ ਵੇਖ ਕੇ ਸਿਆਣ ਲਿਆ, ਸਿਆਣ ਲਿਆ ਹਾਲਾਂਕਿ ਪਰਦੇ ਵੀ ਸਨ ਆ ਕੇ ਤੇ ਕਰ ਅਦਾ
ਸੁਣਾਈ ਮੈਂ ਯੂਸਫ ਮੈਂ ਕੰਨਿਆਂ ਨੂੰ ਆਈਆਂ ਪੁੱਛ ਲੈ ਸੁਣਿਆ ਕਈ ਵੀ ਮੈਂ ਯਕੂਬ ਨਬੀ ਦਾ ਯੂਸਫ ਕੀ ਕੁਝ ਹਾਲ ਸੁਣਾਵਾਂ ਉਸਦਾ ਗਮ ਮੈਂ ਆਖ ਨਾ ਸਕਦੀ ਹਾਂ ਛੁੱਟੇ ਮਰ ਜਾਵਾਂ ਡਾਚੀ ਆਂਦੀ ਵੇ ਉਸਦਾ ਹਾਲ ਤੇਰੇ ਵਿੱਚ ਦਰਦੋਂ ਹੱਦੋਂ ਹੀ ਗੁਜ਼ਰ ਗਿਆ ਈ ਪੱਥਰ ਵੇ ਹੋਏ ਕੁਲ ਪਾਣੀ ਰੱਬ ਦੀ ਬੇਪਰਵਾਹੀ ਵਿਆਹ ਮਰਗ ਟੁੱਕੀ ਦਰਬਾਰ ਦੇ ਤੇ ਤੇ ਖੜੀ ਉਡੀਕ ਦੀਵਾਰੀ ਉਹ ਸਰਵਰ ਮਹਬੂਬ ਅਲਾਹੀ ਵੇ ਦਮ ਦਮ ਵਿੱਚ ਤਿਆਰੀ ਦਿਲ ਉਸਦੇ ਥੀ ਗੁਜ਼ਰ ਸਦਾਰੀ ਇਹ ਦੁਨੀਆ ਗੁਜ਼ਰ ਨਾਰੀ ਤੂੰ ਨਾ ਮਿਲਿਓ ਮੁੜੀ ਇੱਕ ਵਾਰੀ ਆਸ ਰਹੀ ਦਿਲ ਭਾਰੀ ਜਦੋਂ ਤੈਨੂੰ ਯਾਦ ਕਰਕੇ ਯਕੂਬ ਅਲੈਹਿਸ ਸਲਾਮ ਰੋਂਦਾ ਹੈ ਮੈਂ ਉਸ ਦੇ ਸਮੁੰਦਰ ਨਦੀਆਂ ਜੋਸ਼ ਛੱਡਣ ਸਵਾਰੀ ਵੇ ਨੈਣ ਸੁੱਕੇ ਵਿੱਚ ਗਮ ਦੇ ਛੋਲੇ ਤੇ ਤਪਦੀਆਂ ਉਮਰ ਗੁਜ਼ਾਰੀ ਨਾਲੇ ਵਿੱਚ ਦੁੱਖਾਂ ਕਦਲ ਵਿਆਵੇ ਜਾਂਦਾ ਏ ਖੂਨ ਜ਼ਿਕਰ ਦਾ ਜਾਰੀ ਵਿਛੜਿਓ ਜਿਸ ਦਿਨ ਤੋਂ ਯੂਸਫ ਬਾਪ ਮੁਸੀਬਤ ਪਾਰੀ ਆਂਦਨ ਨਾ ਕਰੋ ਦੀਓ ਵੈਂਦੀਆਂ ਅੱਖੀਆਂ ਰੋ ਰੋ ਹਾਲ ਸੁਣਾਵੇ ਤੇ ਯੂਸਫ ਵਿੱਚ ਪਰਦੇ ਰੋਂਦਾ ਨੈਣ ਤਪਣ ਪਛੋਂ ਤਵੇ ਆਸ ਬੁਰਦ ਲੜਾਚੀ ਤਾਈਂ ਚਾਹੇ ਮਾਰ ਉਠਾਇਆ ਲੈ ਕੇ ਲਾਠੀ ਮਾਰਨ ਲੱਗਾ ਉਸਨੇ ਰਾਜ ਨਾ ਪਾਇਆ ਫਿਰ ਜਾਨੂੰ ਤੀਕ ਗਿਆ ਤਸ ਤਰਤੀ ਹੈਰਤ ਦੇ ਵਿੱਚ ਆਇਆ ਇਸ ਨੂੰ ਮੂਲ ਨਾ ਮਾਰ ਪਿਆਰੇ ਯੂਸਫ ਨੇ ਫਰਮਾਇਆ